ਕਾਨਫਰੰਸ ਕੀਤੀ ਗਈ, ਕਿਸ ਸੰਬੰਧ 'ਚ ਕੀਤੀ ਗਈ ਹੈ? ਇਹ ਜੀ ਕੱਲ ਇੱਕ ਔਰਤ ਦਾ, ਰਿਸ਼ਪਾਲ ਕੌਰ ਦਾ, ਕਤਲ ਹੋਣ ਸੰਬੰਧੀ ਥਾਣਾ ਹੋਸਪਿਟਲ ਤੋਂ ਇੱਕ ਸੂਚਨਾ ਆਈ ਸੀ, ਜਿਸ 'ਤੇ ਐੱਸ ਆਈ ਅਜਮੇਰਲਾ ਆਪਣੇ ਸਾਥੀਆਂ ਸਮੇਤ ਥਾਣੇ ਤੋਂ ਸਿਵਲ ਹੋਸਪਿਟਲ ਗਿਆ, ਜਿੱਥੇ ਰਿਸ਼ਪਾਲ ਕੌਰ ਨਾਂ ਦੀ ਇੱਕ ਮ੍ਰਿਤਕ ਔਰਤ ਸੀ, ਜਿਸਦੇ ਨੇੜੇ ਇੱਕ ਉਸਦਾ ਬੇਟਾ ਲਕਸ਼ੇ ਸੀ, ਜਿਸਨੇ ਦੱਸਿਆ ਕਿ ਮੇਰੀ ਮਾਂ ਦਾ ਔਰ ਪਿਤਾ ਅਮਰਜੀਤ ਕੌਰ ਦਾ ਜਿਹੜਾ ਹਰ ਰੋਜ਼ ਘਰੇਲੂ ਕਲੇਸ਼ ਰਹਿੰਦਾ ਸੀ, ਕੱਲ੍ਹ ਵੀ ਇਹਨਾਂ ਦਾ ਕਿਸੇ ਮਾਮੂਲੀ ਗੱਲ ਤੋਂ ਕਲੇਸ਼ ਹੋਇਆ, ਜਿਸ 'ਤੇ ਪਿਤਾ ਨੇ ਲੜਾਈ ਕਰਦੇ ਹੋਏ ਮਾਤਾ ਦੇ ਸਿਰ ਵਿੱਚ ਰੋਟੀ ਪਕਾਉਣ ਵਾਲਾ ਤਵਾ ਮਾਰਿਆ, ਜਿਸ 'ਤੇ ਉਹ ਜ਼ਖਮੀ ਹੋ ਗਈ ਅਤੇ ਉਹ ਘਰ ਤੋਂ ਭੱਜ ਗਿਆ। ਲਕਸ਼ੇ ਆਪਣੇ ਸਾਥੀਆਂ ਦੀ ਮਦਦ ਨਾਲ ਆਪਣੀ ਮਾਤਾ ਨੂੰ ਸਿਵਲ ਹੋਸਪਿਟਲ ਲੈ ਕੇ ਆਇਆ, ਜਿੱਥੇ ਇਹਦੀ ਮੌਤ ਹੋ ਗਈ, ਜਿਸ 'ਤੇ ਐੱਸ ਆਈ ਅਜਮੇਰ ਲਾਲ ਨੇ ਥਾਣੇ ਅਧੀਨ ਧਾਰਾ 302 ਪਰਚਾ ਦਰਜ ਕੀਤਾ ਅਤੇ ਲਕਸ਼ੇ ਔਰ ਰਿਸ਼ਪਾਲ ਕੌਰ ਦੇ ਘਰ ਦੇ ਰੇਡ ਕੀਤਾ ਗਿਆ, ਜਿੱਥੇ ਅਮਰਜੀਤ ਕੌਰ ਘਰ ਤੋਂ ਨਿਕਲਦਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਜਿੱਥੇ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਮਰਜੀਤ ਸਿੰਘ ਨੂੰ, ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਤਫਤੀਸ਼ ਜਾਰੀ ਹੈ। ਸਰ ਇਹ ਪਹਿਲੇ 'ਚ ਕੋਈ ਮਾਮਲਾ ਦਰਜ ਹੈ ਜੀ ਇੱਥੇ? ਨਹੀਂ, ਪਹਿਲਾਂ ਕੋਈ ਨਹੀਂ, ਕੋਈ ਮਾਮਲਾ ਨਹੀਂ, ਚੈੱਕ ਕਰ ਲਿਆ ਜੀ, ਕੋਈ ਮਾਮਲਾ ਨਹੀਂ।